ਸਰ ਸ਼ੁਭਨਾਮ ਮੇਰਾ ਨਾਮ ਰਜਿੰਦਰ ਕੁਮਾਰ ਲੇਡੀ ਫਰਮਾ ਹੈ ਜੀ ਸਰ ਕੀ ਲੱਗਦਾ ਛੁੱਟੀਆਂ ਵੀ ਜਿਹੜੀਆਂ ਕੈਂਸਲ ਕਰਤੀਆਂ ਦੀਵਾਲੀ ਦਾ ਤਿਹਾਰ ਨੂੰ ਲੈ ਕੇ ਤੇ ਕਿੱਦਾਂ ਦੀਆਂ ਤਿਆਰੀਆਂ ਨੇ ਦੇਖੋ ਦੀਵਾਲੀ ਦੇ ਤਿਹਾਰ ਨੂੰ ਰੱਖਦੇ ਹੋਏ ਮੁੱਖ ਰੱਖਦੇ ਹੋਏ ਸਾਡੀ ਜਿਹੜੀ ਛੁੱਟੀਆਂ ਨੇ ਸਾਡੇ ਇੰਚਾਰਜ ਸਾਹਿਬ ਤੋਂ ਜਿਹੜੇ ਆ ਉਹਨਾਂ ਦੇ ਆਰਡਰ ਦੇ ਫੋਲੋ ਕਰਦੇ ਹੋਏ ਕੈਂਸਲ ਕਰ ਦਿੱਤੀਆਂ ਗਈਆਂ ਜੀ ਅਤੇ ਇਹ 7 ਤੋਂ 8 ਦਿਨ ਲਈ ਹੁੰਦੀਆਂ ਵਿਸ਼ਕਰਮੇ ਤੋਂ 2 ਦਿਨ ਅਗਲੇ ਦਿਨ ਵਾਸਤੇ ਅਤੇ ਦੀਵਾਲੀ ਨੂੰ ਮੁੱਖ ਰੱਖਦੇ ਹੋਏ ਸਾਡੀਆਂ ਜਿਹੜੀਆਂ ਗੱਡੀਆਂ ਤਿਆਰ ਨੇ ਜੀ ਜਿਹੜੀਆਂ ਮਾੜੀਆਂ ਮੋਟੀਆਂ ਹੈਗੀਆਂ ਚੱਲ ਰਿਹਾ ਜੀ ਕੰਮ ਸਾਰਾ ਅਤੇ ਬਿਲਕੁਲ ਤਿਆਰੀ ਹੈ ਜੀ। ਹਾਂਜੀ ਹਾਂਜੀ, ਮਾੜੀ ਮੋਟੀ ਜਿਹੜੀ ਕੋਈ ਚੀਜ਼ ਰਿਪੇਅਰ ਹੋਣ ਵਾਲੀ ਆ ਉਹ ਅੱਜ ਹੀ ਰਿਪੇਅਰ ਹੋ ਕੇ ਸਾਰੀਆਂ ਕੰਪਲੀਟ ਹੋ ਗਈਆਂ ਜੀ। ਕਿਵੇਂ ਦੇ ਦਿਓ ਦੀਵਾਲੀ ਫਿਰ ਜਿਹੜਾ ਪਰਿਵਾਰ ਦੇ ਨਾਲ ਯਾਰਾਂ ਦੋਸਤਾਂ ਨਾਲ ਮਨਾਉਣੀ ਪੈਂਦੀ, ਕਿਤੇ ਨਾ ਕਿਤੇ ਬੱਚੇ ਨਹੀਂ ਕਹਿੰਦੇ ਵੀ ਨਹੀਂ ਸਰ, ਚਲੋ ਇਹ ਕਹਿੰਦੇ ਤਾਂ ਹੈ ਪਰ ਸਾਨੂੰ ਇੱਕ ਪ੍ਰੋਡ ਵੀ ਆ ਵੀ ਜਿਹੜੇ ਅਸੀਂ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਦੇ ਹਾਂ ਵੀ ਅਸੀਂ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਦੀਵਾਲੀ ਨਾ ਮਨਾ ਕੇ ਲੋਕਾਂ ਦੀ ਜਿਹੜੀ ਜਾਨ ਅਤੇ ਮਾਲ ਦੀ ਰੱਖਿਆ ਕਰਦੇ ਹਾਂ ਦੀਵਾਲੀ ਵਾਲੇ ਦਿਨ। ਗੱਡੀਆਂ ਦਾ ਪੁਖਤਾ ਪ੍ਰਬੰਧ ਹੋ ਗਿਆ? ਹਾਂਜੀ ਹਾਂਜੀ, ਪੂਰਾ ਪੁਖਤਾ ਪ੍ਰਬੰਧ ਹੈ ਜੀ ਅਤੇ ਰਾਤ ਨੂੰ ਜਿਹੜਾ ਦੀਵਾਲੀ ਵਾਲਾ ਵਿਸ਼ਕਰਮਾ ਡੇ ਆ ਸਟਾਫ ਵੱਧ ਹੋਊਗਾ ਜੀ। ਅਪੀਲ ਕੀ ਹੈ ਵੈਸੇ ਲੋਕਾਂ ਨੂੰ? ਇਹੀ ਅਪੀਲ ਹੈ ਜੀ, ਜਿਹੜੇ ਆਪਣੇ ਪਟਾਕੇ ਆ ਉਹ ਖੁੱਲੀਆਂ ਜਗ੍ਹਾ 'ਤੇ ਚਲਾਓ, ਬੱਚਿਆਂ ਦੇ ਕੋਲ ਕੋਈ ਵੀ ਸਿਆਣਾ ਜ਼ਰੂਰ ਕਰਦਾ ਖੜੋ ਅਤੇ 1-2 ਬਾਲਟੀਆਂ ਪਾਣੀ ਦੀਆਂ ਜ਼ਰੂਰ ਭਰ ਕੇ ਰੱਖੋ। ਛੋਟੇ ਸਿਲੰਡਰ ਵੀ ਇੰਤਜ਼ਾਮ ਕੀਤਾ? ਹਾਂਜੀ, ਉਹ ਜਿੱਦਾਂ ਕੋਈ ਜਿੱਦਾਂ ਤੰਗ ਗਲੀਆਂ ਜਾਂ ਫੈਕਟਰੀਆਂ ਵਾਲੇ ਆਪਣੇ ਜਿਹੜੇ ਆ ਫਾਇਰ ਦੇ ਸਿਲੰਡਰ ਨੇ ਉਹ ਜ਼ਰੂਰ ਇਸਤੇਮਾਲ ਕਰਨ। ਬਾਕੀ ਇਹੀ ਆ ਸਾਰਿਆਂ ਨੂੰ ਜੋ ਦੀਪ ਮਾਲਾ ਵੀ ਕਰਨੀ ਹੈ ਕੁਛ ਵੀ ਕਰਨਾ ਉਹ ਸੇਫ ਸਾਈਡ ਦੇਖ ਕੇ ਰੱਖ ਕੇ ਕਰਨਾ। ਸਰ ਮੇਰਾ ਨਾਮ ਮਨਿੰਦਰ ਸਿੰਘ ਆ, ਮੈਂ ਇੱਥੇ ਅਸਿਸਟੈਂਟ ਡਿਵੀਜ਼ਨਲ ਫਾਇਰ ਆਫਿਸਰ ਤੇ ਅਪੁਆਇੰਟਡ ਹਾਂ ਲੁਧਿਆਣੇ। ਸਰ ਹਾਂਜੀ, ਅੱਜ ਤੋਂ ਲੈ ਕੇ 3 ਤਰੀਕ ਤੱਕ ਸਾਰੇ ਮੁਲਾਜ਼ਮ ਜਿੰਨੇ ਆਪਣੇ ਫਾਇਰਗੜ ਮਲਾਏ ਇਹਨਾਂ ਦੀ ਛੁੱਟੀਆਂ ਰਸਤਾ ਬੰਦ ਕਰ ਦਿੱਤੀਆਂ ਗਏ ਨੇ ਆਪਣੇ ਤਿਉਹਾਰ ਦੇ ਮੱਦੇਨਜ਼ਰ ਰੱਖਦੇ ਹੋਏ ਕਿ ਸਾਰਾ ਸਟਾਫ ਮੌਜੂਦ ਰਹੇ ਅਤੇ 24 ਘੰਟੇ ਤੈਨਾਤ ਰਹੇ ਅਤੇ ਕਿਸੇ ਵੀ ਅਨਸੁਖੀ ਘਟਨਾ ਨਾਲ ਅਸੀਂ ਵਾਪਰ ਸਕੀਏ। ਸਰ ਸਾਡੀਆਂ 28-30 ਗੱਡੀਆਂ ਫੀਲਡ ਦੇ ਵਿੱਚ ਹੈਗੀਆਂ ਹੀ ਨੇ ਜੋ ਔਨ ਰੋਡ ਨੇ, ਸਾਡੇ ਡਰਾਈਵਰ ਵੀ ਨੇ, ਅਸੀਂ ਕਾਰਪੋਰੇਸ਼ਨ ਤੋਂ ਵੀ ਐਕਸਟਰਾ ਡਰਾਈਵਰ ਵੀ ਲਏ ਹੋਏ ਨੇ ਕਿ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਕਈ ਸਪੋਟ ਤੇ ਜੋ ਫਾਇਰ ਟੈਂਡਰ ਚਾਹੀਦੇ ਹੋਣ ਉਹ ਅਸੀਂ ਛੇਤੀ ਤੋਂ ਛੇਤੀ ਪਹੁੰਚਾ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਸਕੀਏ। ਤਾਂ ਦੀਵਾਲੀ ਦੇ ਹਰ ਸਾਲ ਜਿੱਦਾਂ ਪਹਿਲਾਂ ਵੀ ਅਸੀਂ ਕਰਦੇ ਆਏ ਹਾਂ, ਹੁਣ ਸਾਡੇ ਤੋਂ 6 ਫਾਇਰ ਸਟੇਸ਼ਨ ਨੇ ਲੁਧਿਆਣੇ ਦੇ ਵਿੱਚ, ਪਹਿਲਾਂ 5 ਹੁੰਦੇ ਸੀ, 1 ਫਾਇਰ ਸਟੇਸ਼ਨ ਦੀ ਗਿਣਤੀ ਤਾਜਪੁਰ ਰੋਡ ਦੀ ਵੱਧ ਗਈ ਹੈ। ਤਾਂ ਉਹਦੇ ਨਾਲ ਅਸੀਂ 4-5 ਹੋਰ ਸਟੇਸ਼ਨ ਬਣਾਉਂਦੇ ਹੁੰਦੇ ਸੀਗੇ ਸਬ ਸਟੇਸ਼ਨ, ਕਿ ਅੱਗ ਤੇ ਪਹੁੰਚਣ ਦੀ ਜਿਹੜੀ ਟਾਈਮ ਲਿਮਿਟ ਆ ਉਹਨੂੰ ਘਟਾ ਦੱਸ ਸਕੇ। ਉਹਦੇ ਕਰਕੇ ਹੀ ਇਸ ਵਾਰ ਫਿਰ ਜਿੱਦਾਂ ਆਪਣਾ ਜਲੰਧਰ ਬਾਈਪਾਸ ਏਰੀਆ ਹੋ ਗਿਆ, ਸਮਰਾਲਾ ਚੌਂਕ ਹੋ ਗਿਆ, ਆਪਣਾ ਸ਼ੇਰਪੁਰ ਚੌਂਕ ਹੋ ਗਿਆ, ਉਹਦੇ ਬਾਅਦ ਡੁਗਰੀ ਏਰੀਆ ਹੋ ਗਿਆ ਅਤੇ ਵੇਰਕਾ ਮਿਲ ਪਲਾਂਟ, ਇਸ ਸਾਈਡ ਵੀ ਸਬ ਸਟੇਸ਼ਨ ਵੀ 3 ਦਿਨ ਬਣਾਏ ਜਾਣਗੇ, ਦੀਵਾਲੀ ਤੋਂ 1 ਦਿਨ ਪਹਿਲਾਂ ਉਸ ਦਿਨ ਤੇ ਅਗਲੇ ਦਿਨ 3 ਦਿਨ ਉਹ ਸਬ ਸਟੇਸ਼ਨ ਵੀ ਬਣਾਏ ਜਾਣਗੇ। ਅਤੇ ਜਿੱਥੇ ਸਾਡੇ ਪਟਾਕਿਆਂ ਦੀ ਵੀ ਮਾਰਕੀਟ ਵੱਡੀਆਂ ਨੇ ਉੱਥੇ ਵੀ ਗੱਡੀਆਂ ਨੂੰ ਸਟੈਂਡ ਬਾਈ ਕੀਤਾ ਜਾਊਗਾ। ਸਰ ਸਾਡੇ ਤੋਂ ਹੁਣ ਲੇਟੈਸਟ ਤੋਂ ਲੇਟੈਸਟ ਇਕਵਿਪਮੈਂਟ ਨੇ, ਪਹਿਲਾਂ ਸਾਡੇ ਤੋਂ ਰੈਸਕਿਊ ਟੈਂਡਰ ਨਹੀਂ ਸੀਗਾ, ਹੁਣ ਸਾਡੇ ਤੋਂ ਰੈਸਕਿਊ ਟੈਂਡਰ ਆ, ਉਹਦੇ ਵਿੱਚ ਡਿਫਰੈਂਟ ਟਾਈਪ ਦੇ ਕਟਿੰਗ ਟੂਲਸ ਨੇ। ਅਤੇ ਇੱਕ ਸਾਨੂੰ ਜੋ ਮੇਜਰ ਦਿੱਕਤ ਆਉਂਦੀ ਹੈ ਜਦੋਂ ਕਦੇ ਹਾਈ ਰਾਈਜ਼ ਉੱਚੀ ਜਗ੍ਹਾ ਅੱਗ ਲੱਗ ਜਾਂਦੀ, ਪਹਿਲਾਂ ਸਾਡੇ ਤੋਂ ਸਿਰਫ 1-35 ਫੀਟ ਦਾ ਜੋ ਫਾਇਰ ਟੈਂਡਰ ਦੇ ਉੱਤੇ ਲੈਡਰ ਹੁੰਦਾ ਉਹ ਹੀ ਹੁੰਦਾ ਸੀ, ਹੁਣ ਪੰਜਾਬ ਸਰਕਾਰ ਅਤੇ ਸਾਡੇ ਮਾਣਯੋਗ ਕਮਿਸ਼ਨਰ ਸਾਹਿਬ ਉਹਨਾਂ ਦੀ ਉਹਦੇ ਕਰਕੇ ਮਾਣਯੋਗ ਸਾਡੇ CM ਸਾਹਿਬ ਨੇ ਸਾਨੂੰ ਪਿਛਲੇ ਸਾਲ ਟਰਨ ਟੇਬਲ ਲੈਡਰ ਜੋ 56 ਮੀਟਰ ਆ ਉਹ ਲੈ ਕੇ ਦਿੱਤੀ ਹੈ, ਜੋ ਲੁਧਿਆਣਾ ਦੀ ਟੀਮ ਫਾਇਰ ਟੀਮ ਵਿੱਚ ਸ਼ਾਮਿਲ ਹੋਈ ਆ, ਉਸ ਨਾਲ ਸਾਡੀ ਬਹੁਤ ਹੈਲਪ ਹੈ ਕਿਉਂਕਿ ਹਾਈ ਰਾਈਜ਼ 'ਤੇ ਅਸੀਂ ਹੁਣ ਪਹੁੰਚ ਸਕਦੇ ਹਾਂ। ਹਾਂਜੀ, ਪੰਜਾਬ 'ਚ ਇਸ ਟੈਕਨੋਲੋਜੀ ਦੀ ਪਹਿਲੀ ਗੱਡੀ ਹੈ। ਥੋੜੀ ਅੱਗਾਂ ਦੀ ਗਿਣਤੀ ਘਟੀ ਹੈ, ਅੱਜ ਕੱਲ ਆਪਣੇ ਜੋ ਪਬਲਿਕ ਵੀ ਹੈ ਉਹ ਵੀ ਬਹੁਤ ਐਕਟਿਵ ਹੈ ਤੇ ਸਮਾਰਟ ਹੈ। ਤਾਂ ਜੋ ਅਸੀਂ ਰਿਕੁਐਸਟ ਕਰਦੇ ਹਾਂ ਕਿ ਅਸੀਂ ਗ੍ਰੀਨ ਦੀਵਾਲੀ ਮਨਾਈਏ, ਪਟਾਕੇ ਘੱਟ ਚਲਾਈਏ, ਜੇ ਚਲਾਉਣੇ ਵੀ ਆ
जो मेरी ते साडे माननीय कमिश्नर साहब साडे असिस्टेंट कमिश्नर साहब वालों सारी पब्लिक नू एक ही अपील है जे पटाके असी चलाउणे भी है तां असी उहनू ओपन जगह दे विच चलाईए। जदों भी असी पटाके चलाउंदे हां तां अपने नेड़े एक या दो बाल्टी पानी दी जरूर रखिए ते कॉटन दे कपड़े पाईए कि जे च विच अग दा स्रोत ना होवे तां अपने घरां दी छतां ते जिन्नी सफाई कर सकदे कि जलनशील पदार्थ कोई ना रखे, लकड़ी गत्ता कागज कपड़ा बैग बोरे इन्हां नूं सफाई कर दी जाए कि किसी भी जगह अनसुखी घटना ना वापरे। सर मुलाजमान की शॉर्टेज के बावजूद जो फायर डिपार्टमेंट है कितना वचनबद्ध है, तो लगता है कि मुलाजम खुद दिवाली ना मना के लोगों की सुरक्षा के नाथ रहेंगे, तो लोगों को भी यह चाहिए कि अपनी सुरक्षा का ध्यान रखन ते पटाके का किस तरह चलाता कि किसी का कोई जानी माली नुकसान। हाँ जी सर, मेरे कोल स्टाफ इदा दा भी है जिन्हां नूं 17 17 18 18 साल के नूं 25 साल हो गए ने, जिन्हां ने अज तक अपने परिवार नाल दिवाली नहीं मनाई। 6 साल मैनू भी इस डिपार्टमेंट च हो चुके ने, तां हर साल दिवाली तां फैमिली तो डिपार्टमेंट, बट इह वी इक साडा परिवार है, जिदा फैमिली नाल नहीं मनाउंदे तां अपने इस परिवार नाल असीं जो भी मना सकदे हां। तां हाँ सब तों वड्डी गल आ जे असीं किसी की सुरक्षा कर सकीए तां उस तों वड्डी खुशी की गल किसी लई कोई नहीं हुंदी है। आप पूरे मन दई ना जिन्हें भी साढ़े तो स्टाफ है वो असी तय के अग कोई भी घटना वापरेगी तो उन्होंने निपटने तैयार है।